बिस्मिल्लाह रहमान रहीम। नाजरीन, आप देख रहे हैं लाइव 239 के प्रोग्राम पॉडकास्ट में। आज के हमारे मेहमान हैं मुमताज सियासी समाजी शख्सियत हैं और हर बंदा इनको कदर की निगाह से जानता है, काबिल एहतराम है, कारोबारी भी शख्सियत हैं। पेट्रोल पंप इनका अपना है कस्बा के करीब। राजा कामरान हनीफ साहब सबक उम्मीदवार रहे हैं, सिटी नायब नाजिम के भी, कौंसलर भी। तो इनसे आज इनके हवाले से जानेंगे कि उनका सियासत में अमली काम कब हुआ था, फिर उनकी तालीम के हवाले से या दीगर एक्टिविटी के हवाले से। अस्सलाम वालेकुम भाई जान, क्या हाल है? ठीक है, अल्लाह का शुक्र। भाई जान, अपने बारे च दसो, कोई ना अपने अलियाने सहल अंदीर या दीगर थोड़े फॉलोअर्स और जेड़े साडे चैनल दा जनाब तुहानू वेलकम करते हैं, अप्रीशिएट करेंगे जनाब के थोड़ी खिदमत, थोड़ी सियासी मुलाकात। पहला तो अपने बारे दसो जनाब, इब्तदाई तालीम किसान ਸਰ ਬਹੁਤ ਲਿੰਕ ਤੇ ਮੈਂ ਸਰਨ ਗੀਤ ਹਾਸਲ ਕੀਤੀ ਹੈ। ਅੱਛਾ, ਤੇ ਐਫਏ ਮੈਂ ਪਾਸ ਹਾਂ। ਉਸ ਤੋਂ ਸਿਆਸਤ ਦਾ ਤਲਕ ਹੈ, ਸਿਆਸਤ ਅਸੀਂ ਤਕਰੀਬਨ ਖਾਨਦਾਨੀ ਦੌਰ ਦਾ ਨਾਮ ਸਾਡੇ ਬਜ਼ੁਰਗ 1964 ਵਿੱਚ ਅੱਛਾ ਸਰਨ ਗੀਤ ਦੇ ਪਹਿਲੇ ਕੌਂਸਲ ਬਣੇ ਸੀ। ਉਦੋਂ ਤੋਂ ਸਿਆਸਤ ਦਾ ਸਾਡਾ ਯਾਨੀ ਕਿ ਘਰ ਦੀ ਇੱਕ ਉਦਾਸੀ ਸਾਨੂੰ ਉਦਾਸੀ ਸਿਆਸਤ ਮਿਲੀ ਹੈ, ਉਹ ਅਸੀਂ ਕਰਨੇ ਪਏ। ਅੱਛਾ, ਬਾਕੀ ਕਾਰੋਬਾਰ ਹੈ, ਕਾਰੋਬਾਰ ਬਸ ਛੋਟਾ ਸ਼ੁਗਰ ਸਮੇਂ ਕਾਰੋਬਾਰ ਕਰਨੇ ਪਏ ਹਾਂ। ਅੱਛਾ, ਆਪਣੇ ਕਾਰੋਬਾਰ ਨੂੰ ਅਸੀਂ ਪੂਰਾ ਟਾਈਮ ਦਿੰਦੇ ਹਾਂ, ਸਿਆਸਤ ਕਰਦੇ ਹਾਂ, ਲੋਕਾਂ ਦੀ ਖਿਦਮਤ ਸਮੀਖਿਆ ਕਰਦੇ ਹਾਂ, ਲੋਕਾਂ ਦੇ ਖਿਦਮਤ ਕਰੀਏ, ਸ਼ਹਿਰ ਦੇ ਲੋਕਾਂ ਨੂੰ ਤਰ ਤੋਂ ਅੱਗੇ ਲਾਉਣਾ ਵਾ ਬਸ। ਤੇ ਅਮਲੀ ਸਿਆਸਤ, ਤੁਸੀਂ ਜਦੋਂ ਸਿਟੀ ਨਾਇਬ ਨਾਜ਼ਮ ਦਾ ਇਲੈਕਸ਼ਨ ਲਿਆ ਜੀ, ਆਈ ਥਿੰਕ ਉਹਦੇ ਹਵਾਲੇ ਨਾਲ ਦੱਸੋ ਵੀ ਕਿਸ ਨੂੰ ਤੁਸੀਂ ਐਂਟਰੀ ਕੀਤੀ ਸਰੈਲ ਅੰਦੀਰ ਵਿੱਚ ਸਿਆਸਤ ਦੀ। ਸਰ ਸਰੈਲ ਤੋਂ ਦੱਸਿਆ ਪਰ ਸਰੈਲ ਦੀ ਸਿਆਸਤ ਸਾਡੀ ਖਾਨਦਾਨੀ ਹੈ, ਪਰ ਉਸ ਤੋਂ ਬਾਅਦ ਜਿਸ ਵੇਲੇ ਮੁਸ਼ਰਫ ਦੌਰ ਜਾਂ ਸਿਆਸਤ ਦਾ ਇਲੈਕਸ਼ਨ ਦੇ ਸ਼ੁਰੂ ਹੋਏ ਬਲਦਿਆਤੀ, ਤਾਂ ਉਸ ਵੇਲੇ ਸਾਡੇ ਗ੍ਰਾਮ ਦੇ ਮੁਤਫਿਕਾ ਤੌਰ ਦਾ ਫੈਸਲਾ ਹੋਇਆ ਕੋਈ ਨਾ ਕੋਈ ਬੰਦਾ ਇੱਕ ਸਾਡੇ ਜੋ ਨਾਇਬ ਦਾ ਇਲੈਕਸ਼ਨ ਲੜਿਆ ਨਾਜ਼ਮ ਦਾ, ਕਿਉਂਕਿ ਵਸੀਮ ਸਾਹਿਬ ਨਾਲ ਸਾਡਾ ਉਸ ਨਾਲ ਪੈਜੋ ਉਪ ਹੋਇਆ, ਅਤੇ ਅਸੀਂ ਉਸ ਵੇਲੇ ਨਾਇਬ ਨਾਮ ਇਲੈਕਸ਼ਨ ਮੈਂ ਲੜਿਆ ਮੁਤਫਿਕਾ ਤੌਰ। ਉਹ ਇਲੈਕਸ਼ਨ ਅਸੀਂ ਬੜੇ ਕਲੋਜ਼ ਸਮਝੋ ਵੀ 91 ਵੋਟਾਂ ਤੋਂ ਲੂਜ਼ ਕੀਤਾ। ਅੱਛਾ, ਉਸ ਤੋਂ ਬਾਅਦ ਤੁਹਾਨੂੰ ਪਤਾ ਜੇ ਬੰਦਾ ਸਿਆਸਤ 'ਚ ਕੋਈ ਕਦਮ ਨਾ ਲਵੇ ਬੰਦਾ ਫਿਰ ਉਸ ਦਿਨ ਦਿਨ ਮੌਜੂਦਾ ਸਿਆਸੀ ਜਿਹੜਾ ਤੁਹਾਡਾ ਜਿਹੜਾ ਤਰਾਓ ਚੜਾਓ ਦਾ ਮੁਖਤਲਿਫ ਸਿਆਸੀ ਸ਼ਖਸੀਅਤ ਨਾਲ ਰਿਹਾ, ਮੌਜੂਦਾ ਤੁਹਾਡਾ ਤਲਕ ਜਨਾਬ ਸਾਹਿਬ ਕਹਿੰਦੇ ਨੇ ਜੀ ਅਬਦ ਰਜ਼ਾ ਸਾਹਿਬ ਨਾਲ ਹੈ, ਅਤੇ ਉਹਨਾਂ ਦੇ ਬਾਰੇ ਦੱਸੋ ਤੁਸੀਂ ਔਰ ਅਲਗਾ ਦੀ ਅਵਾਮ ਦੇ ਬਾਰੇ ਨਾਲ ਵੀ ਉਹਨਾਂ ਦੀ ਖਿਦਮਤ ਇਲਾਕੇ ਵਾਸਤੇ ਜਾਂ ਜਿਸ ਨੂੰ ਤੁਸੀਂ ਮੁਸਲਿਮ ਲੀਗ ਨੂਨ ਨਾਲ ਸਿਆਸੀ ਤੌਰ 'ਤੇ ਵਾਸਤਾ ਹੋ, ਇਸ ਬਾਰੇ ਤੁਸੀਂ ਕੋਈ। ਅਸੀਂ ਤਕਰੀਬਨ ਮੈਂ 10 ਸਾਲ ਤੋਂ ਨਾ ਅਤੇ ਅਬਦ ਸਾਹਿਬ ਨਾਲ ਯਾਨੀ ਨੂਨ ਨਾਲ ਵੀ ਅਤੇ ਜੋ ਅਬਦ ਸਾਹਿਬ ਨਾਲ ਯਾਨੀ ਕੰਮ ਕਰਨਾ ਪਿਆ, ਚੋਈ ਸਾਹਿਬ ਦੀ ਮੈਨੂੰ ਸ਼ਖਸੀਅਤ ਜ਼ਿਆਦਾ ਪਸੰਦ ਸੀ, ਉਸ ਤੋਂ ਪਹਿਲਾਂ ਮੈਂ ਸਿਆਸੀ ਤੌਰ 'ਤੇ ਚੋਏ ਸਾਹਿਬ ਨਾਲ ਸਾਂ, ਉਹ ਵੀ ਇੱਕ ਅੱਛੇ ਕਦਮ ਔਰ ਅੱਛੇ ਇਨਸਾਨ ਹਨ। ਉਸ ਤੋਂ ਬਾਅਦ ਮੈਂ ਜੇ ਚੋਈ ਅਬਦ ਸਾਹਿਬ ਨਾਲ ਮੁਲਾਕਾਤ ਹੋਈ, ਉਹਨਾਂ ਨਾਲ ਮੇਰੇ ਟਰਮ ਹੋਏ, ਦੇਖਿਆ ਵੀ ਹੈ ਮਜ਼ਹਬੀ ਬੰਦੇ ਨੇ, ਬੰਦਿਆਂ ਦੀ ਯਾਨੀ ਕਿ ਖਿਦਮਤ ਕਰਨਾ ਉਹਨਾਂ ਦਾ ਇੱਕ ਜਨੂਨ ਹੈ, ਅਤੇ ਫਿਰ ਸਾਡਾ ਵੀ ਜਨੂਨ ਹੀ ਹੋਈ ਸੀ ਬਈ, ਕੋਈ ਕੁਰਸੀ ਲਾਜ ਨਹੀਂ ਸੀ, ਸਿਰਫ ਸਾਨੂੰ ਇਹ ਸੀ ਵੀ ਅਸੀਂ ਕਿਸੇ ਬੇਲੋਸ ਬੰਦੇ ਦੀ ਖਿਦਮਤ ਕਰੀਏ, ਅਤੇ ਚੋਏ ਅਬਦ ਸਾਹਿਬ ਨੂੰ ਦੇਖ ਕੇ ਅਸਾਂ ਜ਼ਿਆਦਾ ਉਸ 'ਚ ਮੁਤਰਕ ਹੋ ਗਏ, ਅਤੇ ਚੋਏ ਸਾਹਿਬ ਨੇ ਸਾਨੂੰ ਅਪਰੀਸ਼ੀਏਟ ਕੀਤਾ, ਸਾਡਾ ਜਿੱਥਾ ਦਾ ਫੰਡ ਮੰਗਿਆ। ਇਸ ਤੋਂ ਪਹਿਲਾਂ ਜਦੋਂ MLA ਸਨ, ਮੈਂ ਆਪਣੇ ਹਲਕੇ 'ਚ ਤਕਰੀਬਨ 1.5 ਕਰੋੜ ਰੁਪਈਆ ਉਹਨਾਂ ਕੋਲ ਲੈ ਕੇ ਨਾ ਆਪਣੇ ਰਾਜ ਫਰੂਕ ਤੋਂ ਨਈ ਆਬਾਦੀ 'ਚ ਆਇਆ, ਉਹਨਾਂ ਤਕਰੀਬਨ ਉਹਨਾਂ ਜਿੱਥੇ ਅਸਾਂ ਆਖਿਆ ਨਾ ਉਹਨਾਂ ਕੰਮ ਕੀਤਾ ਹੈ, ਬੰਦਿਆਂ ਦੇ ਬੇਲੋਸ ਕੰਮ ਕਰਦੇ ਰਹੇ, ਜਿੱਥੇ ਬੰਦਿਆਂ ਨੂੰ ਯਾਦ ਕੀਤਾ ਹੈ, ਬੰਦਿਆਂ ਦੇ ਹੋਰ ਕੰਮ ਵਿੱਚ ਜਿੱਥੇ ਆਖਿਆ ਨਾ ਉਹਨਾਂ ਇਹ ਵਾਧਾ ਸਮਝ ਕੀਤਾ, ਅਤੇ ਅਸੀਂ ਉਹਨਾਂ ਕੋਲ ਸਬਕ ਹੀ ਹੋ ਲਿਆ ਵੀ ਅਸਾਂ ਵੀ ਉਸ ਚਲਦੇ ਰਹੇ। ਤੁਹਾਡਾ ਇਲਾਕੇ ਦੀ ਰਾਜੜ ਫਰੂਕ ਟਾਊਨ ਦੇ ਹਵਾਲੇ ਨਾਲ ਗੱਲ ਹੋਈ ਹੈ, ਤਾਂ ਇਹ ਦੱਸੋ ਜਿਹੜਾ ਅਵਰ ਐਡਮਿਨਿਸਟ੍ਰੇਸ਼ਨ ਹੁਣ 3-4 ਸਾਲ ਤੋਂ ਰੁਕੇ ਅਸੀਂ, ਇਹ ਦੁਬਾਰਾ ਕੰਮ ਦਾ ਆਗਾਜ਼ ਹੋ ਚੁੱਕਿਆ, ਇਸ ਨੂੰ ਕਿਸ ਤਨਾਜ਼ਰ ਨਾਲ ਦੇਖਦੇ ਹੋ ਕਿ ਬਿਹਤਰ ਕੰਮ ਹੋ ਰਿਹਾ ਹੈ ਔਰ ਜਾਂ ਕੋਈ ਪ੍ਰੋਬਲਮ ਹੈ ਜਾਂ ਹੁਣ ਇਹ ਕਰਾਕ ਹੋਣ ਰਿਹਾ ਹੈ? ਸਰ ਜੇ ਪੁਰਾਣੇ ਦੀ ਗੱਲ ਹੈ ਨਾ, ਉਹ ਤੇ ਦਾਅਵੇ ਪ੍ਰਸ਼ੰਸਾ ਵੀ ਕਰਦੇ ਨੇ, ਸਹੀ ਹੈ, ਤੇ ਪਹਿਲਾਂ ਅਸੀਂ ਜੋ ਅਰਸ਼ਦ ਸਾਹਿਬ ਨੇ ਜੇ ਬੁਨਿਆਦ ਰੱਖੀ ਹੈ, ਜੋ ਅਰਸ਼ਦ ਸਾਹਿਬ ਰੱਖੀ ਹੈ, ਤੁਹਾਨੂੰ ਦੇਖਿਆ ਸੀ ਵੀ ਇਲੈਕਸ਼ਨ ਦਾ ਜਨੂਨ ਚੱਲਦਾ ਸੀ ਮਾਹੌਲ, ਅਤੇ ਚੋਏ ਅਬਦ ਰਜ਼ਾ ਕਿਹਾ ਸੀ ਵੀ ਸਾਰੀ ਮਿਹਨਤ ਜੋ ਅਰਸ਼ਦ ਸਾਹਿਬ ਦਾ ਨਾਂ ਜਿਹੜਾ ਕੋਈ ਫਾਰੂਕ ਸਾਹਿਬ ਦੇ ਨਾਂ ਦਾ ਹੋਣਾ ਚਾਹੀਦਾ, ਕਿਉਂ ਵੀ ਇਹਦਾ ਯਾਨੀ ਕਿ ਬੁਨਿਆਦ ਉਹਨਾਂ ਰੱਖੀ ਹੈ, ਉਹਨਾਂ ਕੰਮ ਸ਼ੁਰੂ ਕੀਤਾ, ਅਤੇ ਜੇ ਕੰਮ ਬੰਦਾ ਸ਼ੁਰੂ ਕਰਦਾ ਉਸੇ ਦੇ ਨਾਂ ਹੁੰਦਾ, ਤਾਂ ਅੱਗੋਂ ਤਾਂ ਉਹਨੂੰ ਯਾਨੀ ਕਿ ਐਕਸਟੈਂਸ਼ਨ ਦੇਣ ਵਾਸਤੇ ਰਹਿਮ ਸਾਹਿਬ ਦੂਸਰਾ ਕੋਈ ਸਿਆਸੀ ਵੀ ਆਖਦਾ ਜੋ ਮੌਕੇ ਨਾਲ ਕਰਦਾ ਆਪਣਾ ਯਾਨੀ ਕਿ ਸਿਆਸੀ ਸਪੋਰਟ ਕਰ ਸਕਦੇ ਨੇ, ਪਰ ਬੁਨਿਆਦ ਉਹਨੇ ਰੱਖੀ ਹੈ। ਜਿਹੜੇ ਫੰਡ ਇਹਨਾਂ ਦਿਨਾਂ 'ਚ ਮਿਲੇ ਪਿਛਲੇ ਦਿਨਾਂ 'ਚ ਜਿਹਦੇ ਦਿਨੇ ਸ਼ੁਰੂ ਹੋ ਰਿਹਾ ਪੰਜਾਬ ਹਕੂਮਤ ਦੇ ਜਾਂ ਵਫਾਕੀ ਹਕੂਮਤ ਦੇ ਮੁਸਲਿਮ ਲੀਗ ਦੇ ਰਹਿਨੁਮਾ ਦੇ ਤੌਰ 'ਤੇ,
ਕਿਆ ਸਮਝਦਾ ਵੀ ਇਹ ਚੌਧਰੀ ਆਪਣੇ ਦਾ ਸਾਹਿਬ ਦਾ ਵੀ ਤੇ ਚੈਕ ਕਰਦਾ ਦੇਖੋ ਵੀ ਨੂਨ ਦੀ ਹਕੂਮਤ ਹੋਵੇ ਤੇ ਅਕਸੀ ਆਖੇ ਵੀ ਉਹਨਾਂ ਨੇ ਚੁਆਬਰ ਸਾਹਿਬ ਨੂੰ ਬਿਲਕੁਲ ਪਿੱਛਾ ਕਰਕੇ ਤੇ ਕਿਸੇ ਹੋਰ ਦੇ ਜ਼ਰੀਏ ਕੰਮ ਹੁੰਦਾ ਪਿਆ ਮੈਂ ਨਹੀਂ ਇਸ ਗੱਲ ਨੂੰ ਮੰਨ ਸਕਦਾ ਇਸ ਵਾਸਤੇ ਵੀ ਡਿਵੀਜ਼ਨ ਸਦਰ ਨੂੰ ਤੇ ਡਿਵੀਜ਼ਨ ਸਦਰ ਨੂੰ ਨਾ ਆਖਣ ਦੇ ਯਾਨੀ ਕਿ ਉਹ ਇੱਕ ਮੁਕਾਮੀ ਐਮ ਪੀ ਆਖੇ ਜੋ ਸਾਰਾ ਕੰਮ ਹਾਈਵੇ ਦਾ ਮੈਂ ਕਰਨਾ ਪਿਆ ਤੇ ਇਹ ਤੇ ਵੈਸੇ ਉਹਨਾਂ ਦੀ ਇੱਕ ਆਪ ਖਿਆਲੀ ਹੋ ਸਕਦੀ ਹੈ ਇਸ ਬੰਦਿਆਂ ਨੂੰ ਬੰਦੇ ਸਮਝਦਾਰ ਨਾਲ ਗੱਲ ਦੇ ਹਰ ਗੱਲ ਨੂੰ ਸਮਝਦੇ ਨੇ ਸੋਸ਼ਲ ਮੀਡੀਆ ਦਾ ਬੰਦੇ ਪਤਾ ਹੈ ਇਸ ਵਾਸਤੇ ਜਬਰਦਸਤ ਹੋ ਗਿਆ ਤੇ ਰਾਜ ਸਾਹਿਬ ਤੁਸੀਂ ਇਹ ਦੱਸੋ ਵੀ ਆਉਣੇ ਵਾਲੇ ਬਲਦਿਆਤੀ ਇਲੈਕਸ਼ਨ ਵਿੱਚ ਤੁਸੀਂ ਫਿਰ ਦੁਬਾਰਾ ਕੋਈ ਆਇਆ ਕੋਈ ਰਾਦਾ ਸਰ ਤੁਹਾਨੂੰ ਦੱਸਿਆ ਵੀ ਐਸੇ ਸ਼ਹਿਰ ਦੇ ਇਲੈਕਸ਼ਨ ਹੋਏਗਾ ਸ਼ੁਰੂ ਹੋਏਗਾ ਅਸੀਂ ਸਿਆਸੀ ਲੋਕ ਹਾਂ ਇਸ ਤੋਂ ਬਗੈਰ ਸਾਡਾ ਵੀ ਗੁਜ਼ਾਰਾ ਨਹੀਂ ਨਾ ਅਸਾਂ ਵੀ ਸਿਆਸਤ 'ਚ ਹਿੱਸਾ ਲੈਂਦੇ ਹਾਂ ਸਾਡਾ ਜਨੂੰਨ ਹੈ ਹੋਰ ਸਾਡਾ ਵੀ ਬੰਦੇ ਦਾ ਸ਼ੌਕ ਹੋਵੇ ਨਾ ਤਾਂ ਬੰਦਾ ਉਸ 'ਚ ਤਾਂ ਹੀ ਹੈ ਚੜ੍ਹਨੇ ਆ ਬੰਦੇ ਦੀ ਕਿਸਮਤ ਕਰੀਏ ਜਿਸ ਵੇਲੇ ਇਲੈਕਸ਼ਨ ਲੜਾਂਗੇ ਇਸ ਨੂੰ ਹੋਰ ਕਿਸਮਤ ਕਰਾਂਗੇ ਤੇ ਜਿਸ ਵੇਲੇ ਅਸੀਂ ਗਰੁੱਪ ਚੁਆਬਰ ਸਾਹਿਬ ਨਾਲ ਮਲਕ ਹਨੀਫ ਸਾਹਿਬ ਸਾਡੇ ਉਹ ਜਿੱਥੇ ਸਾਨੂੰ ਆਖਣਗੇ ਅਸੀਂ ਉਸ ਹਿਸਾਬ 'ਤੇ ਇਲੈਕਸ਼ਨ ਲੜਾਂਗੇ ਉਹ ਉਹਨਾਂ ਦਾ ਪਾਰਟੀ ਦਾ ਫੈਸਲਾ ਹੋਵੇਗਾ ਦਿਨ ਤੱਕ ਜ਼ਬਰਦਸਤ ਹੋ ਗਿਆ ਰਾਜ ਸਾਹਿਬ ਜਿਹੜਾ ਮੌਜੂਦਾ ਮੁਲਕੀ ਹਾਲਾਤ ਹਨ ਉਸੇ ਦਾ ਅਸਰ ਜਿਹੜਾ ਉਹ ਨਿਚਲੀ ਸਤਾ ਦਾ ਵੀ ਆਉਂਦਾ ਸਾਡੇ ਸ਼ਹਿਰ ਦੀ ਵੀ ਸੁਰਤ ਹਾਲ ਹੈ ਜੋ ਦੇਖਦੇ ਤੁਸੀਂ ਇਸ ਨੂੰ ਕਿਸ ਤਨਾਜ਼ਰ ਵਿੱਚ ਦੇਖ ਰਹੇ ਹੋ ਖਸੂਸਨ ਜਿਸ ਟਾਈਮ ਇੰਤਸ਼ਾਰ ਦੀ ਫਜ਼ਾ ਹੋਵੇ ਜਾਂ ਕੋਈ ਕਾਰੋਬਾਰ ਬੰਦ ਹੋਣ ਈਵਨ ਇਹ ਕਿ ਹੁਣ ਕਾਲਜ ਸਕੂਲ ਵੀ ਬੰਦ ਹੋ ਰਹੇ ਨੇ ਕਿਉਂ ਹੋ ਰਹੇ ਨੇ ਇੰਟਰਨੈਟ ਬੰਦ ਹੈ ਬਿਜਲੀ ਬਿੱਲਾਂ ਦੇ ਮਹਿੰਗਾਈ ਵਗੈਰਾ ਕੀ ਇਸ ਨੂੰ ਕਿਸ ਦਾ ਜ਼ਿੰਮੇਦਾਰ ਤੁਸੀਂ ਤੁਹਾਡਾ ਕੀ ਕਰ ਜ਼ਿੰਮੇਦਾਰ ਤੇ ਹਰ ਬੰਦਾ ਜਾਂ ਹਰ ਪਾਰਟੀ ਆਉਂਦੀ ਹੈ ਨਾ ਦੂਏ ਦਾ ਮਲਬਾ ਸੜਦੀ ਹੈ ਵੀ ਅਸਾਂ ਨਹੀਂ ਕੀਤਾ ਇਹ ਪਿਛਲੇ ਕਰਕੇ ਨੇ ਇਹ ਤੁਸੀਂ ਦੇ ਦਿਓ 18 ਤੋਂ ਬਾਅਦ ਮੁਲਕ ਦੇ 18 ਤੋਂ ਪਹਿਲਾਂ ਮੁਲਕ ਦੇ ਹਾਲਾਤ ਕੇ ਸਨ ਤੇ 18 ਤੋਂ ਬਾਅਦ ਦਿਨ ਦਿਨ ਮੁਲਕ ਨੂੰ ਯਾਨੀ ਕਿ ਮੁਲਕ ਥੱਲੇ ਪਾਸੇ ਗਿਆ ਮੁਲਕ ਦੀ ਯਾਨੀ ਕਿ ਇਕਨੋਮੀ ਉੱਪਰਲੇ ਪਾਸੇ ਨਹੀਂ ਗਈ ਮੁਲਕ ਨੇ ਤਰੱਕੀ ਨਹੀਂ ਕੀਤੀ ਕਿਉਂ ਨਹੀਂ ਕੀਤੀ ਵੀ ਮੁਲਕ 'ਚ ਹਰ ਦਫ਼ਾ ਧਰਨਿਆਂ ਦੀ ਸਿਆਸਤ ਹੋਈ ਹੈ ਹਰ ਦੂਏ ਦੀ ਯਾਨੀ ਕਿ ਲੱਕਾਂ ਚੁੱਕਦੇ ਰਹੇ ਨੇ ਕੋਈ ਬੰਦੇ ਨੇ ਨਹੀਂ ਸੋਚਿਆ ਵੀ ਮੁਲਕ ਦੇ ਹਾਲਾਤ ਨੂੰ ਸੈੱਟ ਕਰੀਏ ਹਰ ਬੰਦਾ ਦੂਸਰੇ ਪਾਰਟੀ ਦਾ ਬੁਲੈਨ ਲਾ ਕੇ ਤੇ ਦੂਏ ਨੂੰ ਗੱਲਾਂ ਕਰਨ ਦੀ ਉਮੀਦ ਹੈ ਤੁਹਾਨੂੰ ਵੀ ਬਿਹਤਰ ਹੋ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਹੁਣ ਕਾਨਫਰੰਸ ਹੋਈ ਹੈ ਇਸਲਾਮਾਬਾਦ ਵਿੱਚ ਜਿਹੜੀ ਹੋਰ ਯਾਨੀ ਕਿ ਆ ਰਹੇ ਉਸ ਮਹਿਸੂਸ ਹੋ ਰਿਹਾ ਹੈ ਬਲਕਿ ਰਿਪੋਰਟ ਵੀ ਆ ਰਹੀ ਹੈ ਜੀ ਪਾਕਿਸਤਾਨ ਦੇ ਹਾਲਾਤ ਅੱਗੇ ਨਾਲੋਂ ਬਿਹਤਰ ਜਾ ਰਹੇ ਨੇ ਪਰ ਜੇ ਸਾਡੀਆਂ ਦੂਸਰੀਆਂ ਪਾਰਟੀਆਂ ਨੂੰ ਖਾਸ ਤੌਰ ਪੀਡੀਆਈ ਨੂੰ ਮੈਂ ਸਿੱਧਾ ਕਹਾਂਗਾ ਵੀ ਜਿਹੜੀ ਉਹਨਾਂ ਨੂੰ ਚਾਹੀਦਾ ਸੀ ਵੀ ਜੇ ਮੁਲਕ ਦੇ ਹਾਲਾਤ ਬਿਹਤਰ ਹੋ ਰਹੇ ਜਾਂ ਜਿਸ ਤਰ੍ਹਾਂ ਉਹਨਾਂ ਨੇ ਹਰ ਦੂਸਰੇ ਦਿਨ ਧਰਨੇ ਐਲਾਨ ਹਰ ਦਿਨ ਤੋਂ ਇਹ ਦਿਨ ਹੋ ਰਹੇ ਨੇ ਇਤਜਾਜ ਹੋ ਰਹੇ ਨੇ ਇਸ ਮੁਲਕ ਦੇ ਯਾਨੀ ਕਿ ਹਾਲਾਤ ਦਿਨ ਦਿਨ ਖਾ ਹੁੰਦੇ ਇਹਨਾਂ ਨੂੰ ਚਾਹੀਦਾ ਸੀ ਵੀ ਥੋੜ੍ਹੇ ਜਿਹੇ ਮੁਲਕ ਦੇ ਹਾਲਾਤ ਠੀਕ ਹੁੰਦੇ ਨੇ ਫਿਰ ਥੋੜ੍ਹਾ ਸਬਰ ਕਰਕੇ ਬਹਿ ਜਾਣ ਵੀ ਇਹਨਾਂ ਨੂੰ ਕੋਈ ਵਕਤ ਦੇਣਗੇ ਕਿਸ ਕੰਮ ਮੁਲਕ ਨੂੰ ਚਲਾਉਂਦੇ ਨੇ ਮੌਜੂਦਾ ਹਾਲਾਤ ਇਸ ਦਾ ਇਹ ਹੀ ਤਕਾਜ਼ਾ ਹੈ ਨਾ ਕਿ ਬਾਮੀ ਇਤਹਾਦ ਦੇ ਇਤਫਾਕ ਦਾ ਮੁਜ਼ਾਹਰਾ ਕਰ ਰਹੇ ਜੇ ਮੁਲਕ ਜਿਸ ਤਰ੍ਹਾਂ ਹਾਲਾਤ ਨੇ ਬਾਮੀ ਇਤਫਾਕ ਹੋਵੇਗਾ ਤੇ ਮੁਲਕ ਹਰ ਦਿਨ ਤੇ ਜਾਏਗਾ ਤੇ ਵੈਸੇ ਜੇ ਅਸੀਂ ਉਹ ਕਰਦੇ ਰਹਾਂਗੇ ਜਿਸ ਤਰ੍ਹਾਂ ਕਰਦੇ ਰਹੇ ਤੇ ਫਿਰ ਦਿਨ ਬ ਦਿਨ ਥੱਲੇ ਜਾਣ ਦੇ ਚਾਂਸ ਬਣਦੇ ਨੇ ਰਾਜ ਸਾਹਿਬ ਇੱਕ ਆਖਰੀ ਸਵਾਲ ਤੁਹਾਡੇ ਨਾਲ ਕਿ ਆਉਣੇ ਵਾਲੀ ਨਸਲ ਨੌਜਵਾਨਾਂ ਨੂੰ ਸੁਸਨ ਪੈਗਾ ਜਿਹੜਾ ਮੌਜੂਦਾ ਹਾਲਾਤ ਦੇ ਮੁਤਾਬਕ ਔਰ ਉਹਨਾਂ ਦੇ ਬਿਹਤਰ ਮੁਲਕੋ ਕੌਮ ਦੀ ਖਾਤਰ ਵੀ ਔਰ ਉਹਨਾਂ ਦੇ ਆਪਣੇ ਮੁਸਤਕਬਲ ਦੇ ਨਾਲ ਸਰ ਨੌਜਵਾਨਾਂ ਦੇ ਹੀ ਕਹਾਂਗਾ ਪਰ ਇੱਕੋ ਗੱਲ ਵੀ ਜਿਹੜਾ ਸੋਸ਼ਲ ਮੀਡੀਆ ਨਾ ਹਰ ਬੰਦੇ ਦੇ ਹੱਥੇ 'ਚ ਯਾਨੀ ਕਿ ਉਹ ਮਾਚਿਸ ਆਈ ਹੈ ਜਿਹੜਾ ਦਿਲ ਕਰਦਾ ਉਹ ਅਗਲਾ ਛੋੜਦਾ ਜਿਹੜੀ ਗੱਲ ਹੋਵੇ ਅੱਲਾਹ ਦੇ ਨਬੀ ਸਮਾਇਆ ਵਿੱਚ ਕੋਈ ਗੱਲ ਤਹਿਕੀਕ ਤੋਂ ਬਗੈਰ ਨਾ ਕਰੋ ਬਿਲਕੁਲ ਦੇਖੋ ਜੀ ਵਾਕਿਆ ਹੋਇਆ ਲੋਹਰ ਵਾਲਾ ਵਾਕਿਆ ਹੋਇਆ ਸਟੂਡੈਂਟ ਵਾਲਾ ਉਹ ਬਗੈਰ ਤਹਿਕੀਕ ਤੋਂ ਹਰ ਬੰਦੇ ਉਸਨੂੰ ਸ਼ੇਅਰ ਕੀਤਾ ਤਾਂ ਪੂਰੇ ਪਾਕਿਸਤਾਨ ਦੇ ਹਾਲਾਤ ਇਕਦਮ ਦੱਸਿਆ ਵੀ ਸਕੂਲ ਬੰਦ ਹੋ ਗਏ ਇਸੇ ਵਜ੍ਹਾ ਤੋਂ ਮੁਲਕ ਦੇ ਹਾਲਾਤ ਹੋ ਜਾਂਦੇ ਸੀ ਸੋਸ਼ਲ ਮੀਡੀਆ ਦਾ ਹਰ ਬੰਦਾ ਆਦਾ ਵੀ ਰਾਤੀ ਬੈਠੇ ਆਦਾ ਮੈਂ ਜੇ ਕੋਈ ਦਿਲ ਜ਼ਹਿਨ 'ਚ ਆਇਆ ਉਹਨੂੰ ਚਲਾ ਦਿਆਂ ਤੇ ਜਿਸ ਵੇਲੇ ਇਹ ਹਾਲਾਤ ਦੇ ਮੁਲਕ ਦੇ ਹੋਣਗੇ ਇਹ ਨੌਜਵਾਨਾਂ ਦੇ ਹਾਲਾਤ ਹੋਣਗੇ ਕੋਈ ਬੰਦਾ ਤਹਿਕੀਕ ਨਹੀਂ ਕਰਨਾ ਤੇ ਫਿਰ ਇਹ ਕੁਝ ਹੋਵੇਗਾ ਤੇ ਨੌਜਵਾਨਾਂ ਨੂੰ ਸਿਰਫ ਇਹ ਕਹਾਂਗਾ ਜਿਹੜਾ ਮਸਲਾ ਵੀ ਹੋਇਆ ਨਾ ਉਹ ਤਹਿਕੀਕ ਕਰ ਲਵੋ ਇਸ ਵਾਸਤੇ ਵੀ ਅੱਜ ਕੱਲ੍ਹ ਤਹਿਕੀਕ ਕਰਨਾ ਮੁਸ਼ਕਲ ਕੋਈ ਨਹੀਂ ਜਿਸ ਤਰ੍ਹਾਂ ਨੈੱਟ ਦੇ ਬੈਕ ਤਹਿਕੀਕ ਕਰਨ ਉਹਦੇ ਮੁਤਾਬਕ ਚੱਲਣਗੇ ਤੇ ਮੁਲਕ ਦੀ ਬਿਹਤਰੀ ਆਵੇਗੀ ਤੇ ਜੇ ਇਸ ਤਰ੍ਹਾਂ ਹੀ ਰਹਣਗੇ ਤੇ ਫਿਰ ਦਿਨ ਬ ਦਿਨ ਉਸੇ ਖਰਾਬੀ ਆ ਖਰਾਬੀ ਆ ਬਹੁਤ ਸ਼ੁਕਰੀਆ ਰਾਜਾ ਕਮਰਾਨ ਹਨੀਫ ਸਾਹਿਬ ਆਪਕੀ ਮਦਦੋਂ ਕਾ ਆਪਕੇ ਸਵਾਲਾਤ ਕੇ ਜਵਾਬਾਤ ਆਪਨੇ ਦੀਏ ਹਮਾਰੀ ਦੁਆਏਂ ਆਪਕੇ ਸਾਥ ਹੈ ਦੇਖਣ ਸੁਣਨੇ ਵਾਲੋਂ ਕੋ ਹਮ ਦੋਨੋਂ ਕਾ ਸਲਾਮ।